ਜੇਕਰ ਤੁਸੀਂ ਬਠਿੰਡਾ ਦੇ ਰਹਿਣ ਵਾਲੇ ਹੋ ਜਾਂ ਇਸ ਦੇ ਨੇੜੇ ਤੇੜੇ ਦੇ ਰਹਿਣ ਵਾਲੇ ਹੋ ਤਾਂ ਤੁਹਾਡੇ ਨਾਲ ਇੱਕ ਖੁਸ਼ੀ ਦੀ ਗੱਲ ਸਾਂਝੀ ਕਰਨੀ ਆ। ਜੇਕਰ ਕਿਸੇ ਨੂੰ ਵੀ ਬਵਾਸੀਰ, ਫਿਸ਼ਰ ਜਾਂ ਭਗੰਦਰ ਦੀ ਸਮੱਸਿਆ, ਤਾਂ ਹੁਣ ਬਠਿੰਡਾ ਦੇ ਵਿੱਚ ਜਿਹੜਾ ਜਨਤਾ ਪਾਇਲਸ ਕਲੀਨਿਕ ਪਹੁੰਚ ਚੁੱਕਿਆ, ਜਿੱਥੇ ਸਿਰਫ ਤੁਹਾਨੂੰ 10 ਮਿੰਟਾਂ ਦੇ ਵਿੱਚ ਜਿਹੜਾ ਇਲਾਜ ਮਿਲੇਗਾ ਬਵਾਸੀਰ, ਫਿਸ਼ਰ, ਭਗੰਦਰ ਦਾ। ਜਰਮਨ ਦੀ ਅਜਿਹੀ ਤਕਨੀਕ ਦੇ ਨਾਲ ਬਿਨਾਂ ਦਰਦ ਤੋਂ, ਬਿਨਾਂ ਕਿਸੇ ਓਪਰੇਸ਼ਨ ਤੋਂ ਸਿਰਫ 10 ਮਿੰਟਾਂ ਦੇ ਵਿੱਚ ਜਿਹੜਾ ਬਵਾਸੀਰ, ਫਿਸ਼ਰ, ਭਗੰਦਰ ਦਾ ਜਿਹੜਾ ਇਲਾਜ ਮਿਲੇਗਾ। ਸੋ ਪਹਿਲਾਂ ਲੁਧਿਆਣਾ, ਅੰਮ੍ਰਿਤਸਰ ਅਤੇ ਅੰਬਾਲਾ ਦੇ ਵਿੱਚ ਇਸਦਾ ਲਗਾਤਾਰ ਜੋ ਸਫਲ ਇਲਾਜ ਚੱਲ ਰਿਹਾ ਡਾਕਟਰ ਰਾਹੁਲ ਉਹਨਾਂ ਦੇ ਵੱਲੋਂ, ਅਤੇ ਬਿਲਕੁਲ ਹੁਣ ਬਠਿੰਡਾ ਦੇ ਵਿੱਚ ਜਾਂ ਬਠਿੰਡਾ ਦੇ ਨੇੜੇ ਤੇੜੇ ਤੁਸੀਂ ਰਹਿ ਰਹੇ ਹੋ, ਬਵਾਸੀਰ, ਫਿਸ਼ਰ, ਭਗੰਦਰ ਦਾ ਜਿਹੜਾ ਇਲਾਜ ਤੁਹਾਨੂੰ ਇੱਥੇ ਦੇਖਣ ਨੂੰ ਮਿਲੇਗਾ। ਜਨਤਾ ਪਾਇਲਸ ਕਲੀਨਿਕ ਇੱਕੋ ਇੱਕ ਅਜਿਹਾ ਕਲੀਨਿਕ ਆ ਉੱਤਰੀ ਭਾਰਤ ਦਾ, ਜਿਸ ਦਾ ਮੰਨਿਆ ਪਰਮੰਨਿਆ ਕਲੀਨਿਕ ਆ, ਜਿੱਥੇ ਬਵਾਸੀਰ, ਫਿਸ਼ਰ, ਭਗੰਦਰ ਦਾ ਇਲਾਜ ਸਿਰਫ 10 ਮਿੰਟਾਂ ਦੇ ਵਿੱਚ ਕੀਤਾ ਜਾਂਦਾ ਹੈ। ਸੋ ਅੱਜ ਉਹ ਮੁਲਾਕਾਤ ਕਰਵਾਉਂਦੇ ਹਾਂ ਡਾਕਟਰ ਰਾਹੁਲ ਉਹਨਾਂ ਦੇ ਨਾਲ, ਚੱਲਦੇ ਹਾਂ, ਕਰਦੇ ਹਾਂ ਗੱਲਬਾਤ। ਇੰਟੈਸਟਾਈਨ ਦਾ ਲਾਸਟ ਪਾਰਟ ਹੁੰਦਾ ਰੈਕਟਮ, ਉਹਦੇ ਵਿੱਚ ਐਨਲ ਕੈਨਾਲ ਦੇ ਵਿੱਚ, ਗੁਦਾ ਦੇ ਵਿੱਚ ਅਗਰ ਤੁਹਾਨੂੰ ਖੁਜਲੀ, ਖਾਰਿਸ਼, ਜਲਨ, ਦਰਦ ਜਾਂ ਫਿਰ ਖੂਨ ਪੈਂਦਾ, ਇਹ ਸਾਰੇ ਬਵਾਸੀਰ ਦੇ ਲੱਛਣ ਨੇ। ਪੇਨਲੈਸ ਟ੍ਰੀਟਮੈਂਟ ਹੋਊਗਾ, ਬਲੱਡਲੈਸ ਟ੍ਰੀਟਮੈਂਟ ਹੋਊਗਾ, ਕੋਈ ਚੀਰ ਫਾੜ, ਕੋਈ ਟਾਕਾ ਜਾਂ ਕੋਈ ਧਾਗੇ ਵਾਲਾ ਇਲਾਜ ਨਹੀਂ ਹੋਊਗਾ। ਉਹ ਇਸਮੇਂ ਮੀਟ, ਅੰਡਾ, ਮੱਛੀ, ਤਲੀ ਹੋਈ ਚੀਜ਼ਾਂ, ਬਾਦੀ ਕੀ ਚੀਜ਼ਾਂ ਜੈਸੇ ਆਲੂ, ਗੋਭੀ, ਬੈਂਗਣ, ਕੇਲਾ, ਚਾਵਲ, ਲਾਲ ਮਿਰਚ ਵਗੈਰਾ, ਇਨ ਚੀਜ਼ਾਂ ਦਾ ਪਰਹੇਜ਼ ਕਰਨਾ ਚਾਹੀਦਾ। ਜਾਂਚ ਕਰਾਉਣੀ, ਸਮੇਂ ਸਿਰ ਠੀਕ ਇਲਾਜ ਲੈਣਾ ਬਹੁਤ ਜ਼ਰੂਰੀ ਹੈ, ਨਹੀਂ ਤਾਂ ਪੇਸ਼ੈਂਟ ਆਪਣਾ ਬਿਮਾਰੀ ਨਾਲ ਗ੍ਰਸਤ ਹੋਇਆ ਹੋਇਆ ਡੈਥ ਵੀ ਉਹਨਾਂ ਦੀ ਹੋ ਸਕਦੀ ਹੈ। ਜੋ ਲੋਕ ਬਾਰ ਬਾਰ ਓਪਰੇਸ਼ਨ ਕਰਾ ਕੇ ਥੱਕ ਚੁੱਕੇ ਹੈ, ਦਵਾਈਆਂ ਖਾ ਕੇ ਥੱਕ ਚੁੱਕੇ ਹੈ, ਔਨਲਾਈਨ ਫਰੋਡ ਹੋ ਚੁੱਕਾ ਹੈ ਜਿਨਕੇ ਸਾਥ, ਠੀਕ ਹੈ, ਉਹ ਆਪ ਹਮਾਰੇ ਹੋਸਪਿਟਲ ਪਰ ਆਈਏ, ਆਪਕੋ ਬਿਨਾਂ ਓਪਰੇਸ਼ਨ, ਬਿਨਾਂ ਚੀਰ ਫਾੜ ਕੇ ਮਾਤਰ 10-15 ਮਿੰਟ ਮੇਂ ਗਾਰੰਟੀਡ ਇਲਾਜ ਦੇਂਗੇ, ਉਹ ਵੀ ਮੋੜ ਡਾਲ ਕੇ। ਖਾਣੇ ਕੇ ਲੀਏ ਮੂੰਗ ਕੀ ਦਾਲ ਹੈ, ਚਨੇ ਕੀ ਦਾਲ ਹੈ, ਘੀਆ, ਤੋਰੀ, ਟਿੰਡਾ, ਹਰੀ ਸਬਜ਼ੀਆਂ, ਸਲਾਦ, ਫਲੋਂ ਕਾ ਰਸ ਔਰ ਅਧਿਕ ਮਾਤਰਾ ਮੇਂ ਪਾਣੀ। ਟਾਈਮ ਦੀ ਗਰੰਟੀ ਹੈ, ਤੁਸੀਂ ਜਿਹੜੀ ਇੱਕ ਵਾਰ ਇਲਾਜ ਕਰਾਉਣ ਤੋਂ ਬਾਅਦ ਤੁਹਾਨੂੰ ਇਹ ਬਿਮਾਰੀ ਬਿਲਕੁਲ ਨਹੀਂ ਹੋਏਗੀ, ਇਨ ਕੇਸ, ਕਿਉਂਕਿ ਵੈਰੀ ਰੇਅਰ ਹੋ ਵੀ ਜਾਵੇ ਤਾਂ ਫ੍ਰੀ ਆਫ ਕੋਸਟ ਇਲਾਜ ਕੀਤਾ ਜਾਏਗਾ। ਸਤਿ ਸ਼੍ਰੀ ਅਕਾਲ ਦੋਸਤੋ, ਲਵ ਪੰਜਾਬ ਦੇਖ ਰਹੇ ਹੋ ਤੁਸੀਂ ਅਤੇ ਮੈਂ ਬਲਜਿੰਦਰ ਸਿੰਘ। ਸੋ ਦੋਸਤੋ, ਅੱਜ ਇੱਕ ਖੁਸ਼ੀ ਦੀ ਗੱਲ ਸਾਂਝੀ ਕਰਨੀ ਹੈ ਤੁਹਾਡੇ ਨਾਲ, ਕਿਉਂਕਿ ਜਨਤਾ ਪਾਇਲਸ ਕਲੀਨਿਕ ਦੇ ਵਿੱਚ ਪਹੁੰਚੇ ਹਾਂ, ਬੈਠੇ ਕਿੱਥੇ ਹਾਂ, ਬਠਿੰਡਾ ਦੇ ਵਿੱਚ। ਬਠਿੰਡਾ ਵਾਲਿਆਂ ਲਈ ਬੜੀ ਖੁਸ਼ੀ ਦੀ ਗੱਲ ਰਹਿਣ ਵਾਲੀ ਆ, ਜਾਂ ਕੋਈ ਨੇੜੇ ਤੇੜੇ ਰਹਿੰਦੇ ਉਹਨਾਂ ਦੇ ਲਈ ਬੜੀ ਖੁਸ਼ੀ ਦੀ ਗੱਲ ਰਹਿਣ ਵਾਲੀ ਆ, ਕਿਉਂਕਿ ਪਹਿਲਾਂ ਲੁਧਿਆਣਾ ਦੇ ਵਿੱਚ ਕਹਿ ਲਈ ਜਾਂ ਅੰਮ੍ਰਿਤਸਰ ਦੇ ਵਿੱਚ ਜਾਂ ਅੰਬਾਲਾ ਦੇ ਵਿੱਚ ਬੜੇ ਸਫਲ ਇਲਾਜ ਦਿੱਤੇ ਨੇ ਬਵਾਸੀਰ, ਫਿਸ਼ਰ,
ਭਗਿੰਦਰ ਦੇ ਜਿਹੜੇ ਇਲਾਜ ਦੇਖਣ ਨੂੰ ਮਿਲੇ ਨੇ, ਕਿਉਂਕਿ ਜਨਤਾ ਪਾਇਲਸ ਕਲੀਨਿਕ ਇੱਕੋ ਇੱਕ ਅਜਿਹਾ ਕਲੀਨਿਕ ਆ ਉੱਤਰੀ ਭਾਰਤ ਦਾ ਜਿੱਥੇ ਬਵਾਸੀਰ ਫਿਸ਼ਰ ਭਗਿੰਦਰ ਦਾ ਸਿਰਫ 10 ਮਿੰਟਾਂ ਦੇ ਵਿੱਚ ਜਰਮਨ ਦੀ ਤਕਨੀਕ ਦੇ ਨਾਲ ਇਲਾਜ ਕੀਤਾ ਜਾਂਦਾ, ਡਾਕਟਰ ਰਾਹੁਲ ਹੋਣਾਂ ਦੇ ਵੱਲੋਂ ਜਾਂ ਡਾਕਟਰ ਮੈਮ ਸੁਖਵਿੰਦਰ ਹੋਣਾਂ ਦੇ ਵੱਲੋਂ। ਸੋ ਅੱਜ ਬਿਲਕੁਲ ਬਠਿੰਡਾ ਦੇ ਵਿੱਚ ਪਹੁੰਚਿਆ, ਵੀਡੀਓ ਨੂੰ ਸ਼ੇਅਰ ਕਰ ਦਿਓ ਹਰ ਇੱਕ ਤੱਕ, ਜੇਕਰ ਕੋਈ ਵੀ ਇਸ ਸਮੱਸਿਆ ਦੇ ਵਿੱਚ ਬਵਾਸੀਰ ਦੀ ਸਮੱਸਿਆ ਖਾਸ ਕਰਕੇ ਜਾਂ ਭਗਿੰਦਰ ਦੀ ਜਾਂ ਫਿਸ਼ਰ ਦੀ ਸਮੱਸਿਆ ਦੇ ਵਿੱਚ ਜੂਝ ਰਹੇ ਨੇ ਉਹਨਾਂ ਤੱਕ ਇਹ ਵੀਡੀਓ ਜ਼ਰੂਰ ਪਹੁੰਚਾ ਦਿਓ। ਗੱਲਬਾਤ ਕਰਾਂਗੇ ਮੈਮ ਸੁਖਵਿੰਦਰ ਸਾਡੇ ਨਾਲ, ਡਾਕਟਰ ਮੌਜੂਦ ਹੋਣਗੇ, ਗੱਲਬਾਤ ਕਰਦੇ। ਮੈਮ ਸਤਿ ਸ਼੍ਰੀ ਅਕਾਲ, ਠੀਕ ਹੋ ਜੀ? ਮੈਮ ਬਵਾਸੀਰ ਦੀ ਮੈਂ ਕਹਿੰਦਾ ਸਮੱਸਿਆ ਨੂੰ ਲੈ ਕੇ ਲੋਕ ਬੜੇ ਪਰੇਸ਼ਾਨ ਸੀ, ਹੁਣ ਤਾਂ ਬਠਿੰਡਾ ਵਾਲਿਆਂ ਲਈ ਵੀ ਬੜੀ ਖੁਸ਼ੀ ਦੀ ਗੱਲ ਰਹਿਣ ਵਾਲੀ, ਕਿਉਂਕਿ ਬਿਲਕੁਲ ਉਹਨਾਂ ਨੂੰ ਨੇੜੇ ਜਿਹੜਾ ਇਲਾਜ ਮਿਲ ਜੂਗਾ ਬਵਾਸੀਰ ਦਾ। ਜੀ ਬਿਲਕੁਲ, ਜਿਹੜੇ ਸਾਡੇ ਦੂਸਰੇ ਸੈਂਟਰ ਨੇ ਜਨਤਾ ਪੈਲਸ ਕਲੀਨਿਕ ਲੁਧਿਆਣਾ ਅਤੇ ਜਨਤਾ ਪੈਲਸ ਕਲੀਨਿਕ ਅੰਮ੍ਰਿਤਸਰ, ਸਾਡੇ ਕੋਲ ਜਿਹੜੇ ਬਠਿੰਡਾ ਦੇ ਪੇਸ਼ੈਂਟ ਨੇ ਉਹ ਲੁਧਿਆਣੇ ਅਤੇ ਅੰਮ੍ਰਿਤਸਰ ਜਾ ਰਹੇ ਸੀ। ਇੱਕ ਤਾਂ ਉਹਨਾਂ ਦਾ ਕਿਰਾਇਆ ਬਹੁਤ ਜ਼ਿਆਦਾ ਲੱਗਦਾ ਹੈ, ਦੂਸਰਾ ਪੇਸ਼ੈਂਟ ਕੀ ਹੈ ਬੈਠੇ ਹੋਏ ਔਨਲਾਈਨ ਸਾਨੂੰ ਦੇਖਦੇ ਤਾਂ ਹੈ, ਬਟ ਉਹਨਾਂ ਨੂੰ ਕੀ ਹੈ ਕਈ ਵਾਰ ਜਾਣਾ ਮੁਸ਼ਕਿਲ ਲੱਗਦਾ ਇੰਨੀ ਦੂਰ, ਇਸ ਕਰਕੇ ਸਾਨੂੰ ਕਮੈਂਟਸ ਅਤੇ ਮੈਸੇਜਸ ਵੀ ਆ ਰਹੇ ਸੀ ਕਿ ਬਠਿੰਡਾ ਦੇ ਵਿੱਚ ਖੋਲ੍ਹੋ ਆਪਣਾ ਕਲੀਨਿਕ ਬਠਿੰਡਾ। ਇਸ ਕਰਕੇ ਹੁਣ ਸਾਰਿਆਂ ਲਈ ਬਹੁਤ ਹੀ ਖੁਸ਼ਖਬਰੀ ਦੀ ਗੱਲ ਹੈ ਬਠਿੰਡਾ ਵਾਸੀਆਂ ਲਈ ਕਿ ਅਸੀਂ ਜਨਤਾ ਪੈਲਸ ਕਲੀਨਿਕ ਹੁਣ ਬਠਿੰਡਾ ਦੇ ਵਿੱਚ ਵੀ ਆ ਚੁੱਕਿਆ। ਬੜੇ ਲੋਕ ਮੈਡਮ ਪਰੇਸ਼ਾਨ ਹੋਏ ਪਏ ਸੀ, ਕੋਈ ਧਾਗੇ ਵਾਲਾ ਇਲਾਜ ਕਰਵਾ ਕੇ, ਕੋਈ ਦੇਸੀ ਨੁਕਤੇ ਵਾਲਾ ਇਲਾਜ ਕਰਵਾ ਕੇ, ਬੜੇ ਡਾਕਟਰਾਂ ਕੋਲ ਵੀ ਫਸੇ ਨੇਗੇ ਜਿਨ੍ਹਾਂ ਨੇ ਉਹਨਾਂ ਨੂੰ ਲੁੱਟਿਆ ਹੀ ਆ ਮੈਂ ਕਹਿੰਦਾ। ਸੋ ਬਿਲਕੁਲ ਉਹਨੂੰ ਮੈਨੂੰ ਕਿਸ ਤਰ੍ਹਾਂ ਦਾ ਇਲਾਜ ਫਿਰ ਇੱਥੇ 10 ਮਿੰਟਾਂ ਦੇ ਵਿੱਚ ਕਹਿੰਦੇ ਸਫਲ ਇਲਾਜ ਦੇਖਣ ਨੂੰ ਮਿਲੂਗਾ ਇੱਥੇ? ਜੀ ਬਿਲਕੁਲ, ਜਗ੍ਹਾ ਜਗ੍ਹਾ 'ਤੇ ਬੰਗਾਲੀ ਡਾਕਟਰ ਧਾਗਿਆਂ ਵਾਲੇ ਜੋ ਵੀ ਪੂੜੀਆਂ ਇਹ ਕੁਛ ਚੱਲ ਰਿਹਾ, ਉਹਨਾਂ ਚੀਜ਼ਾਂ ਤੋਂ ਬਿਲਕੁਲ ਬਚਿਆ ਜਾਵੇ ਬਠਿੰਡਾ ਵਾਸੀਆਂ ਨੂੰ, ਇਹੀ ਸਾਡੀ ਅਪੀਲ ਹੈ। ਅਤੇ ਜਿਹੜੇ ਵੀ ਨਾਲ ਦੇ ਲੱਗਦੇ ਹੋਏ ਜ਼ਿਲ੍ਹੇ ਜਾਂ ਫਿਰ ਸ਼ਹਿਰ ਨੇ, ਉਹ ਸਾਡੇ ਕੋਲ ਹੁਣ ਬਠਿੰਡਾ ਦੇ ਵਿੱਚ ਜਨਤਾ ਪੈਲਸ ਕਲੀਨਿਕ ਵਿੱਚ ਆ ਸਕਦੇ ਹੈ। ਜਿਹੜਾ ਬਵਾਸੀਰ ਦਾ, ਭਗਿੰਦਰ ਦਾ ਜਾਂ ਫਿਰ ਫਿਸ਼ਰ ਦਾ, ਸਾਡੇ ਕੋਲ 10 ਤੋਂ 15 ਮਿੰਟਾਂ ਦੇ ਵਿੱਚ ਇਲਾਜ ਸੰਭਵ ਹੈ। ਲੇਜ਼ਰ ਤਕਨੀਕ ਅਤੇ ਠੰਡੀ ਮਸ਼ੀਨ ਦੇ ਨਾਲ ਇਹਨੂੰ 10 ਤੋਂ 15 ਮਿੰਟ ਦੇ ਵਿੱਚ ਖਤਮ ਕੀਤਾ ਜਾ ਸਕਦਾ ਹੈ। ਬਿਲਕੁਲ ਮੈਮ, ਹੁਣ ਕਈ ਲੋਕ ਸੋਚ ਰਹੇ ਹੋਣੇ ਵੀ ਬਵਾਸੀਰ ਆ, ਉਹਦੇ ਲੱਛਣ ਕਿਵੇਂ ਪਤਾ ਲੱਗਣੇ? ਕਈ ਵਾਰ ਤਾਂ ਕਿਸੇ ਨੂੰ ਪਤਾ ਹੀ ਨਹੀਂ ਲੱਗਦਾ ਜਾਂ ਸ਼ਰਮ ਦਾ ਮਾਰਾ ਦੱਸਦਾ ਨਹੀਂ ਗਾ ਵੀ ਮੈਨੂੰ ਬਵਾਸੀਰ ਹੋ ਚੁੱਕੀ ਆ, ਉਹਨਾਂ ਨੂੰ ਕਿਸ ਤਰ੍ਹਾਂ ਫਿਰ ਇਹਦੇ ਲੱਛਣ ਪਤਾ ਲੱਗਣਗੇ? ਇਹ ਚੀਜ਼ ਥੋੜ੍ਹੀ ਦਰਸ਼ਕਾਂ ਨਾਲ ਸਾਂਝੀ ਕਰੀ ਆਪਾਂ। ਜੀ ਵੈਸੇ ਕੋਈ ਸ਼ਰਮਾਉਣ ਜਾਂ ਝਿਜਕਣ ਵਾਲੀ ਗੱਲ ਨਹੀਂ ਹੈ, ਇੱਕ ਡਾਇਜੈਸਟਿਵ ਡਿਸਆਰਡਰ ਹੈ ਜਿਹੜਾ ਕਿ ਇੰਟੈਸਟਾਈਨ ਦਾ ਲਾਸਟ ਪਾਰਟ ਹੁੰਦਾ ਰੈਕਟਮ, ਉਹਦੇ ਵਿੱਚ ਐਨਲ ਕੈਨਾਲ ਦੇ ਵਿੱਚ ਗੁਦਾ ਦੇ ਵਿੱਚ ਅਗਰ ਤੁਹਾਨੂੰ ਖੁਜਲੀ, ਖਾਰਿਸ਼, ਜਲਨ, ਦਰਦ ਜਾਂ ਫਿਰ ਖੂਨ ਪੈਂਦਾ, ਇਹ ਸਾਰੇ ਬਵਾਸੀਰ ਦੇ ਲੱਛਣ ਨੇ। ਤੁਸੀਂ ਆ ਕੇ ਆਪਣੀ ਜਾਂਚ ਕਰਵਾ ਸਕਦੇ ਹੋ, ਜਾਂਚ ਕਰਨ ਤੋਂ ਬਾਅਦ ਤੁਹਾਨੂੰ ਪ੍ਰੋਪਰਲੀ ਡਾਇਗਨੋਸਿਸ ਕੀਤਾ ਜਾਏਗਾ ਇੱਥੇ, ਕਿਉਂਕਿ ਬਵਾਸੀਰ ਕਈ ਤਰ੍ਹਾਂ ਦੀ ਹੁੰਦੀ ਹੈ। ਬਵਾਸੀਰ ਦੇ ਬੇਸਿਕਲੀ ਟਾਈਪਸ 2 ਤਰ੍ਹਾਂ ਦੇ ਹੁੰਦੇ ਆ, ਇੰਟਰਨਲ, ਐਕਸਟਰਨਲ ਅਤੇ ਨਾਲੇ ਬਲੀਡਿੰਗ ਅਤੇ ਨੋਨ ਬਲੀਡਿੰਗ ਪੈਲਸ, 4 ਤਰ੍ਹਾਂ ਦੀ ਇਹਦੀ ਗ੍ਰੇਡ ਹੁੰਦੀ ਹੈ, 1st, 2nd, 3rd ਅਤੇ 4th। ਅਤੇ ਇਹ ਚੀਜ਼ ਕੀ ਹੈ, ਘਰ ਬੈਠੇ ਉਹਨਾਂ ਨੂੰ ਅਗਰ ਇਹ ਲੱਛਣਾਂ ਦਾ ਪਤਾ ਚੱਲ ਜਾਂਦਾ ਹੈ ਤਾਂ ਪ੍ਰੋਪਰ ਡਾਇਗਨੋਸਿਸ ਲਈ ਸਾਡੇ ਕੋਲ ਕਲੀਨਿਕ 'ਤੇ ਆਉਣ, ਉਸ ਤੋਂ ਬਾਅਦ ਉਹਨਾਂ ਦਾ ਇਲਾਜ ਕੀਤਾ ਜਾਏਗਾ। ਬਿਲਕੁਲ, ਕਈ ਲੋਕ ਜਿਵੇਂ ਡਰਦੇ ਮਾਰੇ ਦੱਸਦੇ ਨਹੀਂ, ਘਬਰਾ ਜਾਂਦੇ ਨੇ, ਘਬਰਾਉਣ ਦਾ ਕਿੱਡਾ ਕੁ ਵੱਡਾ ਵਿਸ਼ਾ ਹੈ ਜਾਂ ਨਹੀਂ? ਦੇਖੋ, ਘਬਰਾਉਣ ਦਾ ਇਸ ਗੱਲੋਂ ਤਾਂ ਵਿਸ਼ਾ ਹੈ ਹੀ, ਕਿਉਂਕਿ ਜਿਹੜੀ ਬਵਾਸੀਰ ਜਾਂ ਭਗਿੰਦਰ ਫਿਸ਼ਰ ਨੂੰ ਆਪਾਂ ਅਗਰ ਇਗਨੋਰ ਕਰਦੇ ਹਾਂ ਤਾਂ ਇਹ ਬਿਮਾਰੀ ਹੌਲੀ ਹੌਲੀ ਵੱਧਦੀ ਵੱਧਦੀ ਕੈਂਸਰ ਦਾ ਰੂਪ ਲੈ ਲੈਂਦੀ ਹੈ। ਇਸ ਲਈ ਇਸ ਚੀਜ਼ ਤੋਂ ਘਬਰਾਉਣਾ ਤਾਂ ਚਾਹੀਦਾ ਜਦ ਤੱਕ ਤੁਸੀਂ ਇਲਾਜ ਨਹੀਂ ਕਰਾਉਂਦੇ। ਅਗਰ ਤੁਸੀਂ ਟਾਈਮ 'ਤੇ ਆ ਕੇ ਆਪਣੀ ਜਾਂਚ ਕਰਾ ਲੈਂਦੇ ਹੋ ਅਤੇ ਇਲਾਜ ਕਰਾ ਲੈਂਦੇ ਹੋ, ਫਿਰ ਤੁਹਾਨੂੰ ਘਬਰਾਉਣ ਦੀ ਬਿਲਕੁਲ ਜ਼ਰੂਰਤ ਨਹੀਂ ਹੈ। ਹੁਣ ਜਿਵੇਂ ਕੋਈ ਕਹਿੰਦਾ ਮੈਂ ਡਾਕਟਰਾਂ ਕੋਲ, ਬੰਗਾਲੀ ਡਾਕਟਰ ਕੋਲ ਜਾਣਾ ਜਾਂ ਧਾਗੇ ਵਾਲੇ ਡਾਕਟਰ ਕੋਲ, ਜੇ ਕੋਈ ਕੜਾ ਪਾਉਂਦਾ, ਉਹਨਾਂ ਕੋਲ ਜਾਣਾ ਕਿੰਨਾ ਕੁ ਖਤਰਨਾਕ ਬਣਦਾ ਫਿਰ? ਤੁਹਾਡੇ ਕੋਲ ਤਾਂ ਇੱਦਾਂ ਦੇ ਪੇਸ਼ੈਂਟ ਪਹੁੰਚਦੇ ਵੀ ਹੋਣਗੇ ਕਈ? ਜੀ ਬਿਲਕੁਲ, ਸਾਡੇ ਕੋਲ ਪੇਸ਼ੈਂਟਸ ਅੱਜ ਵੀ ਸਵੇਰੇ, ਅਸੀਂ ਲੁਧਿਆਣੇ ਤੋਂ ਜਦੋਂ ਚੱਲੇ ਹਾਂ ਲੁਧਿਆਣੇ ਵਾਲੇ ਸੈਂਟਰ 'ਤੇ, ਇੱਕ ਪੇਸ਼ੈਂਟ ਇਹੋ ਜਿਹੇ ਆਏ ਜਿਨ੍ਹਾਂ ਨੂੰ ਕਈ ਟਾਈਮ ਤੋਂ ਦਵਾਈਆਂ ਖਾ ਰਹੇ ਸੀ, ਉਹਨਾਂ ਨੂੰ ਪਤਾ ਹੀ ਨਹੀਂ ਕਿ ਉਹਨਾਂ ਦੇ ਬਲੱਡ ਦੇ ਵਿੱਚ ਇੰਨਾ, ਸੋਰੀ, ਬਾਡੀ ਦੇ ਵਿੱਚ ਇੰਨਾ ਬਲੱਡ ਲੋਸ ਹੋ ਚੁੱਕਿਆ ਕਿ ਐਚ ਬੀ ਉਹਨਾਂ ਦਾ ਸਿਰਫ 4-5 ਗ੍ਰਾਮ ਰਹਿ ਚੁੱਕਿਆ ਸੀਗਾ। ਤਾਂ
ਸਮੇਂ ਸਿਰ ਜਾਂਚ ਕਰਾਉਣੀ, ਸਮੇਂ ਸਿਰ ਠੀਕ ਇਲਾਜ ਲੈਣਾ ਬਹੁਤ ਜ਼ਰੂਰੀ ਹੈ, ਨਹੀਂ ਤਾਂ ਪੇਸ਼ੈਂਟ ਆਪਣਾ ਬਿਮਾਰੀ ਨਾਲ ਗ੍ਰਸਤ ਹੋਇਆ ਹੋਇਆ ਡੈਥ ਵੀ ਉਹਨਾਂ ਦੀ ਹੋ ਸਕਦੀ ਹੈ। ਕਿਉਂਕਿ ਜਦੋਂ ਪੇਸ਼ੈਂਟ ਦਾ ਬਿਲਕੁਲ ਇੱਕਦਮ ਹੀ ਬਲੱਡ ਲੋਸ ਹੁੰਦਾ, ਪੇਸ਼ੈਂਟ ਹਾਈਪੋਵੋਲਮਿਕ ਸ਼ੌਕ ਦੇ ਵਿੱਚ ਚਲਾ ਜਾਂਦਾ। ਹਾਈਪੋਵੋਲਮਿਕ ਸ਼ੌਕ ਇਹ ਹੁੰਦਾ ਹੈ ਕਿ ਬਿਲਕੁਲ ਹੀ ਆਪਣੀ ਜਿਹੜੀ ਉਹਦੇ ਬ੍ਰੇਨ ਦੇ ਵਿੱਚ ਹੈ ਬਲੱਡ ਪਹੁੰਚ ਨਹੀਂ ਪਾਉਂਦਾ ਆ, ਜਿੱਥੇ ਵੀ ਬਲੱਡ ਬੋਡੀ ਦੇ ਵਿੱਚ ਚਾਹੀਦਾ ਉਹ ਪਹੁੰਚ ਨਹੀਂ ਪਾਉਂਦਾ। ਆਕਸੀਜਨ ਤਾਂ ਬਲੱਡ ਨਹੀਂ ਟਰੈਵਲ ਕਰਵਾਉਣੀ ਹੈ ਨਾ ਪੂਰੀ ਬੋਡੀ ਦੇ ਵਿੱਚ, ਤਾਂ ਉੱਥੇ ਨਹੀਂ ਪਹੁੰਚੇਗੀ ਤਾਂ ਓਬਵੀਅਸ ਜੀ ਗੱਲ ਹੈ ਫਿਰ ਡੈੱਡ ਹੋ ਜਾਂਦੇ ਆ ਟਿਸ਼ੂਜ਼ ਜਿਹੜੇ, ਤਾਂ ਫਿਰ ਡੈੱਡ ਹੋ ਜਾਂਦਾ ਪੇਸ਼ੈਂਟ। ਬਿਲਕੁਲ ਘਬਰਾਉਣ ਦੀ ਲੋੜ ਨਹੀਂ, ਇਹ ਖਤਰਨਾਕ ਸਟੇਜ ਬਣਨ ਤੋਂ ਪਹਿਲਾਂ ਤੁਸੀਂ ਇਲਾਜ ਕਰਵਾ ਸਕਦੇ ਹੋ ਅਤੇ ਬਿਲਕੁਲ ਇੱਥੇ ਮੈਡਮ ਗਰੰਟੀ ਦੇ ਨਾਲ ਇਲਾਜ ਮਿਲੂਗਾ ਫਿਰ ਇੱਥੋਂ। ਜੀ ਬਿਲਕੁਲ, ਸਾਡੇ ਇੱਥੇ ਇੱਕ ਦਿਨ ਹੀ ਜਾਂ ਦੋ ਦਿਨ ਦੀ ਗਰੰਟੀ ਨਹੀਂ ਹੈ, ਬਿਲਕੁਲ ਲਾਈਫ ਟਾਈਮ ਦੀ ਗਰੰਟੀ ਹੈ। ਤੁਸੀਂ ਜਿਹੜੀ ਇੱਕ ਵਾਰ ਇਲਾਜ ਕਰਾਉਣ ਤੋਂ ਬਾਅਦ ਤੁਹਾਨੂੰ ਇਹ ਬਿਮਾਰੀ ਬਿਲਕੁਲ ਨਹੀਂ ਹੋਏਗੀ, ਇਨ ਕੇਸ ਕਿਉਂਕਿ ਵੈਰੀ ਰੇਅਰ ਹੋ ਵੀ ਜਾਵੇ ਤਾਂ ਫ੍ਰੀ ਆਫ ਕੋਸਟ ਇਲਾਜ ਕੀਤਾ ਜਾਏਗਾ। ਜਿਹੜੇ ਸਾਡੇ ਮੈਨੇਜਿੰਗ ਡਾਇਰੈਕਟਰ ਨੇ ਡਾਕਟਰ ਰਾਹੁਲ ਜਨਤਾ ਬਾਇਲਸ ਕਲੀਨਿਕ ਦੇ, ਉਹਨਾਂ ਨੇ ਇਹ ਸਾਰਿਆਂ ਨੂੰ ਅਪੀਲ ਕਰਦੇ ਨੇ ਕਿ ਟਾਈਮ ਸਿਰ ਆ ਕੇ ਆਪਣਾ ਇਲਾਜ ਕਰਾਓ, ਅਤੇ ਬਿਲਕੁਲ ਉਹ ਗਰੰਟੀ ਸ਼ੁਦਾ ਇਸ ਚੀਜ਼ ਦਾ ਇਲਾਜ ਕਰਦੇ ਨੇ। ਬਿਲਕੁਲ ਮੈਮ, ਰੋਜ਼ਾਨਾ ਫਿਰ ਕਿੰਨੇ ਕੁ ਪੇਸ਼ੈਂਟ ਜਿਹੜਾ ਇੱਥੋਂ ਠੀਕ ਹੋ ਕੇ ਜਾਂਦੇ ਨੇ ਕਿ ਅੱਖੀਂ ਦੇਖਦੇ ਹੋ? ਜੀ ਸਾਡੇ ਕੋਲ ਹਜ਼ਾਰਾਂ ਲੱਖਾਂ ਦੀ ਤਾਦਾਦ ਅਗਰ ਪੂਰੇ ਸੈਂਟਰਸ ਦੇ ਵਿੱਚ ਦੇਖਿਆ ਜਾਵੇ, ਬਹੁਤ ਸਾਰੇ ਪੇਸ਼ੈਂਟ ਠੀਕ ਹੋ ਕੇ ਜਾ ਚੁੱਕੇ ਨੇ। ਔਨਲਾਈਨ ਤੁਸੀਂ ਰਿਵਿਊਜ਼ ਵੀ ਚੈੱਕ ਕਰ ਸਕਦੇ ਹੋ, ਉਹਨਾਂ ਦੇ ਵਿੱਚ ਪੋਜ਼ਿਟਿਵ ਪੇਸ਼ੈਂਟਸ ਨੇ ਸਾਰੇ, ਕਿਉਂਕਿ ਪੇਸ਼ੈਂਟ ਕੀ ਹੈ ਉਦੋਂ ਤੱਕ ਘਬਰਾਉਂਦਾ ਜਦੋਂ ਤੱਕ ਉਹਦਾ ਇਲਾਜ ਨਹੀਂ ਹੋ ਪਾਉਂਦਾ ਜਾਂ ਸ਼ਰਮਾਉਂਦਾ, ਜਦੋਂ ਉਹਦਾ ਇਲਾਜ ਹੋ ਗਿਆ ਬਿਲਕੁਲ ਉਹ ਸੈਟਿਸਫਾਈਡ ਹੁੰਦੇ ਨੇ, ਤਾਂ ਹੀ ਉਹ ਪੋਜ਼ਿਟਿਵ ਰਿਵਿਊ ਦੇਣ ਜੋਗੇ ਹੁੰਦੇ ਨੇ। ਇਸੇ ਕਰਕੇ ਸਾਡੇ ਬਹੁਤ ਜ਼ਿਆਦਾ ਪੋਜ਼ਿਟਿਵ ਰਿਵਿਊ ਨੇ, ਤੁਸੀਂ ਚੈੱਕ ਵੀ ਕਰ ਸਕਦੇ ਹੋ ਅਤੇ ਅਪਣਾ ਕੇ ਟਾਈਮ ਸਿਰ ਇਲਾਜ ਕਰਾ ਸਕਦੇ। ਇੱਕ ਚਲੋ ਮੰਨਦੇ ਵੀ 10 ਮਿੰਟਾਂ ਦੇ ਵਿੱਚ ਇਲਾਜ ਹੋ ਜਾਂਦਾ, ਫਿਰ ਤੁਸੀਂ ਕਹਿੰਦੇ ਪੇਸ਼ੈਂਟ ਨੂੰ ਦਾਖਲ ਵੀ ਨਹੀਂ ਕਰਦੇ, ਕੋਈ ਦਾਖਲ ਕਰਨ ਦੀ ਲੋੜ ਵੀ ਨਹੀਂ ਪੈਂਦੀ? ਜੀ ਬਿਲਕੁਲ, ਸਾਨੂੰ ਦਾਖਲ ਕਰਨ ਦੀ ਲੋੜ ਨਹੀਂ ਪੈਂਦੀ, ਕਿਉਂਕਿ 10 ਮਿੰਟ ਦੇ ਵਿੱਚ ਇਲਾਜ ਹੁੰਦਾ ਤਾਂ ਉਹਦੇ ਵਿੱਚ ਡੇ ਕੇਅਰ ਦੇ ਵਿੱਚ ਹੀ ਪੇਸ਼ੈਂਟ ਦਾ ਇਲਾਜ ਹੋ ਜਾਂਦਾ। 200 ਰੁਪਏ ਦੀ ਸਾਡੀ ਕੰਸਲਟੇਸ਼ਨ ਫੀਸ ਹੁੰਦੀ ਹੈ, ਤੁਸੀਂ ਬਾਹਰੋਂ ਫੀਸ ਪਰਚੀ ਕਟਾ ਕੇ ਰਿਸੈਪਸ਼ਨ 'ਤੇ ਅੰਦਰ ਆਉਣਾ, ਉੱਥੇ ਤੁਹਾਡਾ ਪ੍ਰੋਕਟੋਸਕੋਪਿਕ ਐਗਜ਼ਾਮੀਨੇਸ਼ਨ ਕੀਤਾ ਜਾਏਗਾ ਪ੍ਰੋਪਰਲੀ, ਕਿਉਂਕਿ ਅਸੀਂ ਵੱਡੇ ਵੱਡੇ ਟੈਸਟ ਨਹੀਂ ਕਰਾਉਂਦੇ ਜਿਵੇਂ ਕਿ MRI ਹੋ ਗਈ, ਬਾਹਰ ਕੋਲਨੋਸਕੋਪੀ ਕਰਾਵਾਂਗੇ, ਕਿਉਂਕਿ ਸਾਡੇ ਜਿਹੜੇ ਡਾਕਟਰਸ ਨੇ ਉਹ ਬਹੁਤ ਹੀ ਕੁਆਲੀਫਾਈਡ ਅਤੇ ਐਕਸਪੀਰੀਅੰਸ ਡਾਕਟਰਸ ਨੇ। ਉਹ ਕੀ ਹੈ ਕਿ ਕਲੀਨਿਕਲੀ ਐਗਜ਼ਾਮਿਨ ਕਰਕੇ ਪੇਸ਼ੈਂਟ ਨੂੰ ਇਹ ਦੱਸ ਦਿੰਦੇ ਕਿ ਉਹਨਾਂ ਨੂੰ ਕਿਸ ਗ੍ਰੇਡ ਦੀ ਪਾਇਲਸ ਹੈ, ਭਗੰਦਰ ਕਿੰਨੇ ਸੈਂਟੀਮੀਟਰਸ ਤੱਕ ਹੈ, ਕਲੀਨਿਕਲੀ ਐਗਜ਼ਾਮੀਨੇਸ਼ਨ ਕਰਕੇ ਉਹਨਾਂ ਟੈਸਟਾਂ ਦਾ ਖਰਚਾ ਬਚਾਉਂਦੇ ਆ। ਉਸ ਤੋਂ ਬਾਅਦ ਉਹਨਾਂ ਨੂੰ ਗਾਈਡ ਕੀਤਾ ਜਾਂਦਾ ਕਿ ਕਿਹੜਾ ਇਲਾਜ ਉਹਨਾਂ ਲਈ ਸਹੀ ਹੈ, ਫਿਰ ਉਹਨਾਂ ਨੂੰ ਇਲਾਜ ਦਿੱਤਾ ਜਾਂਦਾ। ਇੱਕੋ ਦਿਨ ਦੇ ਵਿੱਚ ਆਉਣ, 10 ਮਿੰਟਾਂ 'ਚ ਇਲਾਜ ਕਰਕੇ ਆਪਣਾ ਘਰ ਜਾ ਸਕਦੇ ਨੇ ਕੋਈ ਇੱਥੇ? ਬਿਲਕੁਲ, ਪੇਸ਼ੈਂਟ ਇਲਾਜ ਕਰਾ ਕੇ ਖੁਦ ਡਰਾਈਵ ਕਰਕੇ ਚਲੇ ਜਾਂਦੇ ਆ। ਮਤਲਬ ਕੋਈ ਪੇਨਲੈਸ ਟ੍ਰੀਟਮੈਂਟ ਹੋਊਗਾ? ਬਿਲਕੁਲ ਬਿਲਕੁਲ ਪੇਨਲੈਸ ਟ੍ਰੀਟਮੈਂਟ ਹੁੰਦਾ, ਕੋਈ ਚੀਰ ਫਾੜ ਟਾਂਕੇ ਇਹਨਾਂ ਦਾ ਪ੍ਰਯੋਗ ਨਹੀਂ ਕੀਤਾ ਜਾਂਦਾ ਹੈ। ਬਿਲਕੁਲ ਆਪਣਾ ਪੇਸ਼ੈਂਟ ਇਲਾਜ ਕਰਵਾ ਕੇ ਨਾਲ ਦੀ ਨਾਲ ਘਰੇ ਜਾ ਸਕਦੇ ਆ। ਮੈਂ ਕਹੀ ਹੈ ਨਾ, ਜਿਵੇਂ ਆਪਣਾ ਘਰ ਦੇ ਵਿੱਚ ਮਾਵਾਂ ਭੈਣਾਂ ਵੀ ਹੁੰਦੀਆਂ ਨੇ, ਉਹਨਾਂ ਨੂੰ ਵੀ ਇਹ ਸਮੱਸਿਆ, ਉਹ ਬੜਾ ਝਿਜਕਦੇ ਨੇ ਕਿਸੇ ਨੂੰ ਦੱਸਣ ਤੋਂ, ਉਹਨਾਂ ਦੇ ਬਾਰੇ ਕੀ ਖਾਸ ਗੱਲਬਾਤ ਤੁਸੀਂ? ਜੀ ਬਿਲਕੁਲ, ਮੈਂ ਉਹੀ ਗੱਲ ਦੱਸ ਰਹੀ ਕਿ ਜਿਹੜੇ ਪੇਸ਼ੈਂਟ ਦਾ ਅਸੀਂ ਸਵੇਰੇ ਟ੍ਰੀਟਮੈਂਟ ਕੀਤਾ ਉਹ ਲੇਡੀ ਪੇਸ਼ੈਂਟ ਹੀ ਸੀਗੇ, ਉਹਨਾਂ ਨੇ 9 ਸਾਲਾਂ ਤੋਂ ਛੁਪਾਇਆ ਹੋਇਆ ਸੀ ਅਤੇ ਅੱਜ ਉਹਨਾਂ ਦਾ HB ਬਿਲਕੁਲ 5 ਗ੍ਰਾਮ ਰਹਿ ਗਿਆ, ਇਸੇ ਚੀਜ਼ ਕਰਕੇ ਕਿਉਂਕਿ ਉਹ ਸ਼ਰਮਾਉਂਦੇ ਰਹੇ। ਉਹ ਤਾਂ ਕਿਸੇ ਨੇ ਉਹਨਾਂ ਨੂੰ ਦੱਸਿਆ ਵੀ ਜਨਤਾ ਪੈਲਸ ਕਲੀਨਿਕ ਦੇ ਵਿੱਚ ਲੇਡੀ ਡਾਕਟਰ ਵੀ ਬੈਠਦੇ ਨੇ, ਇਸ ਕਰਕੇ ਉਹ ਆਏ ਅਤੇ ਆਪਣਾ ਇਲਾਜ ਕਰਵਾਇਆ। ਇਸ ਲਈ ਸਾਰੇ ਜਿੰਨੀਆਂ ਵੀ ਸਾਡੀਆਂ ਮਾਤਾਵਾਂ ਅਤੇ ਭੈਣਾਂ ਨੇ, ਉਹਨਾਂ ਨੂੰ ਮੈਂ ਦੱਸਣਾ ਚਾਹਾਂਗੀ ਕਿ ਗਰਭਵਤੀ ਔਰਤਾਂ ਦੇ ਵਿੱਚ ਸਪੈਸ਼ਲੀ ਇਹ ਪ੍ਰੋਬਲਮ ਬਹੁਤ ਜ਼ਿਆਦਾ ਆਉਂਦੀ ਹੈ, ਕਿਉਂਕਿ ਐਬਡੋਮੀਨਲ ਪ੍ਰੈਸ਼ਰ ਪੈਂਦਾ ਫੀਟਸ ਦੇ ਕਰਕੇ, ਉਹਦੇ ਕਰਕੇ ਕੀ ਐਨਲ ਏਰੀਆ ਸਵੈਲਪ ਹੁੰਦਾ ਆ। ਵੈਸੇ ਵੀ ਜਿਹੜੀਆਂ ਪ੍ਰੈਗਨੈਂਟ ਲੇਡੀਜ਼ ਹੁੰਦੀਆਂ, ਉਹਨਾਂ ਨੂੰ ਕਰੇਵਿੰਗਸ ਹੁੰਦੀ ਹੈ ਬਾਹਰਲੀਆਂ ਚੀਜ਼ਾਂ ਖਾਣ ਦੀ, ਗਰਮ ਮਸਾਲੇ, ਬਾਹਰਲੀਆਂ ਮੈਦੇ ਦੀਆਂ ਚੀਜ਼ਾਂ, ਮੋਮੋਜ਼ ਹੋ ਗਏ,
ਤਾਂ ਉਸ ਤੋਂ ਬਾਅਦ ਕੀ ਐਨਲ ਏਰੀਆ ਇਫੈਕਟ ਕਰਦਾ ਆ, ਕੋਨਸਟੀਪੇਸ਼ਨ ਰਹਿਣ ਦੇ ਕਰਕੇ ਬਵਾਸੀਰ ਬਣ ਜਾਂਦੀ ਹੈ। ਬਟ ਉਹਨਾਂ ਨੂੰ ਕੁਛ ਵੀ ਸ਼ਰਮਾਉਣ ਦੀ ਝਿਜਕਣ ਦੀ ਜ਼ਰੂਰਤ ਨਹੀਂ ਹੈ, ਟਾਈਮ ਸਿਰ ਆ ਕੇ ਆਪਣੀ ਜਾਂਚ ਕਰਾਓ, ਇਲਾਜ ਕਰਵਾਓ, ਨਹੀਂ ਤਾਂ ਇਹ ਬਿਮਾਰੀ ਵੱਡਾ ਰੂਪ ਲੈ ਕੇ ਕੈਂਸਰ ਬਣੇਗੀ, ਤਾਂ ਉਸਦਾ ਕੋਈ ਇਲਾਜ ਨਹੀਂ ਹੈ। ਤੁਹਾਨੂੰ ਮਿਲ ਵੀ ਸਕਦੇ ਨੇ ਸਿੱਧਾ ਆ ਕੇ ਜਾਂ ਫੋਨ ਦੇ ਉੱਤੇ ਵੀ ਗੱਲਬਾਤ ਹੋ ਸਕਦੀ ਹੈ? ਜੀ ਬਿਲਕੁਲ, ਸਾਡੇ ਕਾਲ ਜਿਹੜੇ ਨੇ ਨੰਬਰਸ ਨੇ ਹਮੇਸ਼ਾ ਅਵੇਲੇਬਲ ਰਹਿੰਦੇ ਆ, ਸਾਡੇ ਕੋਲ ਟੀਮ ਹੈ ਪੂਰੀ, ਫੀਮੇਲ ਹੀ ਨੇ ਸਾਡੇ ਟੈਲੀਕਾਲਰਸ ਵੀ, ਅਤੇ ਕੁਛ ਵੀ ਡਰਨ ਦੀ ਝਿਜਕਣ ਦੀ ਜ਼ਰੂਰਤ ਨਹੀਂ ਹੈ। ਪੇਸ਼ੈਂਟ ਅਗਰ ਸਾਡੇ ਕੋਲ ਆਉਂਦੇ ਵੀ ਹੈ ਤਾਂ ਉਹਨਾਂ ਦੀ ਪ੍ਰੀ ਕਾਊਂਸਲਿੰਗ ਕੀਤੀ ਜਾਂਦੀ ਹੈ, ਲੇਡੀਜ਼ ਸਟਾਫ, ਫੀਮੇਲ ਸਟਾਫ ਸਾਡੇ ਕੋਲ ਅਵੇਲੇਬਲ ਹੈ, ਮੈਂ ਖੁਦ ਦਾ ਹੋਰ ਵੀ ਸਾਡੇ ਲੇਡੀ ਡਾਕਟਰਸ ਅਵੇਲੇਬਲ ਨੇ, ਤਾਂ ਕਿ ਪੇਸ਼ੈਂਟ ਜਿਹੜੀਆਂ ਫੀਮੇਲ ਨੇ ਖਾਸ ਕਰਕੇ ਉਹਨਾਂ ਨੂੰ ਡਰਨ ਜਾਂ ਝਿਜਕਣ, ਕਿਉਂਕਿ ਉਹ ਵੱਡੀ ਬਿਮਾਰੀ ਲੈ ਕੇ ਆਉਣ, ਉਸ ਤੋਂ ਚੰਗਾ ਹੈ ਕਿ ਪ੍ਰਾਇਮਰੀ ਫਸਟ ਏਜ 'ਤੇ ਉਹਨਾਂ ਦੀ ਬਿਮਾਰੀ ਡਿਟੈਕਟ ਹੋਵੇ ਅਤੇ ਆਪਣਾ ਇਲਾਜ ਕਰਾ ਸਕਣ, ਡਰਨ ਦੀ ਕੋਈ ਵੀ ਜ਼ਰੂਰਤ ਨਹੀਂ। ਜਿਵੇਂ ਬਾਬਾ ਸਿਰ ਫਿਸ਼ਰ ਆਪਾਂ ਗੰਦਰੇ, ਕੋਈ ਏਜ ਲਿਮਿਟ ਹੈਗੀ ਹੈ ਜਾਂ ਕਿਸੇ ਵੀ ਏਜ ਦੇ ਵਿੱਚ ਹੋ ਸਕਦਾ? ਜੀ ਬਿਲਕੁਲ, ਇਹ ਜਿਹੜੀ ਬਵਾਸੀਰ ਭਗੰਦਰ ਦੀ ਬਿਮਾਰੀ ਹੈ ਇਹ ਕਿਸੇ ਵੀ ਏਜ, ਕਿਉਂਕਿ ਭਗੰਦਰ ਤਾਂ ਇਹੋ ਜਿਹੀ ਬਿਮਾਰੀ ਹੈ ਜਿਹੜੀ ਅਨਹਾਈਜੀਨ ਕਰਕੇ ਹੁੰਦੀ ਹੈ। ਸਮਟਾਈਮਸ ਕੀ ਹੈ, ਹੇਅਰ ਫੋਲੀਕੁਲਾਈਟਿਸ ਹੁੰਦਾ ਹੈ ਜਾਂ ਫਿਰ ਅਨਹਾਈਜੀਨ, ਚੰਗੀ ਤਰ੍ਹਾਂ ਸਫਾਈ ਨਾ ਹੋਣ ਕਰਕੇ ਜਿਹੜਾ ਪਹਿਲਾਂ ਐਬਸਸ ਬਣਦੀ ਹੈ, ਫਿਰ ਉਹ ਦੋ ਮੂੰਹ ਵਾਲੇ ਫੋੜੇ ਦਾ ਰੂਪ ਲੈ ਲੈਂਦੀ ਹੈ ਜਿਹਨੂੰ ਭਗੰਦਰ ਕਹਿੰਦੇ ਹਾਂ, ਅਤੇ ਬਾਕੀ ਜਿਹੜੀ ਬਵਾਸੀਰ ਆ ਉਹ ਬੱਚੇ ਤੋਂ ਲੈ ਕੇ ਬਜ਼ੁਰਗਾਂ ਦੇ ਵਿੱਚ ਸਾਰਿਆਂ ਦੇ ਵਿੱਚ ਪਾਈ ਜਾ ਸਕਦੀ ਹੈ। ਤਾਂ ਇਸ ਕਰਕੇ ਬਿਲਕੁਲ ਇਹ ਨਾ ਸੋਚੋ ਕਿ ਅਗਰ ਬੱਚਾ ਹੈ ਜਾਂ ਬਜ਼ੁਰਗ ਹੈ ਉਹਦੇ ਵਿੱਚ ਬਵਾਸੀਰ ਨਹੀਂ ਹੋਏਗੀ, ਜ਼ਿਆਦਾਤਰ ਯੰਗ ਦੇ ਵਿੱਚ ਹੀ ਹੁੰਦੀ ਹੈ, ਕਿਉਂਕਿ ਅੱਜ ਕੱਲ੍ਹ ਦੇ ਬੱਚੇ ਵੀ ਇਹੋ ਜਿਹਨੇ ਚਿਪਸ, ਕੁਰਕੁਰੇ ਖਾਣਾ ਪਸੰਦ ਕਰਦੇ ਹੈ ਜ਼ਿਆਦਾ, ਇਸ ਤੋਂ ਬਿਨਾਂ ਕਿ ਉਹ ਘਰ ਦਾ ਖਾਣਾ ਖਾਣ। ਇਸ ਕਰਕੇ ਇਹ ਜਿਹੜੀ ਬਿਮਾਰੀ ਆ ਉਹ ਬੱਚਿਆਂ ਦੇ ਵਿੱਚ, ਬਜ਼ੁਰਗਾਂ ਦੇ ਵਿੱਚ ਅਤੇ ਨੋਰਮਲ ਆਮ ਸਾਰਿਆਂ ਦੇ ਵਿੱਚ ਹੀ ਪਾਈ ਜਾਂਦੀ ਹੈ। ਬਿਲਕੁਲ, ਫਿਰ ਇਹ ਕਹਿ ਦਈਏ ਵੀ ਆਪਾਂ ਹੁਣ ਗਰੰਟੀ ਦੇ ਨਾਲ ਇਲਾਜ ਕਰਕੇ ਭੇਜਿਆ ਜਾਊਗਾ 10 ਮਿੰਟਾਂ ਦੇ ਵਿੱਚ? ਜੀ ਬਿਲਕੁਲ, ਸਾਡੇ ਕੋਲ ਗਰੰਟੀ ਦੇ ਨਾਲ ਪੂਰਾ ਇਲਾਜ ਕੀਤਾ ਜਾਂਦਾ ਹੈ। ਸਾਡੇ ਬਹੁਤ ਹੀ ਜ਼ਿਆਦਾ ਪੋਜ਼ਿਟਿਵ ਪੇਸ਼ੈਂਟ ਨੇ, ਹੁਣ ਅਸੀਂ ਬਠਿੰਡੇ ਦੇ ਵਿੱਚ ਵੀ ਆਪਣਾ ਕਲੀਨਿਕ ਲੈ ਕੇ ਆ ਚੁੱਕੇ ਹਾਂ, ਅਤੇ ਜਿਹੜੇ ਵੀ ਨੇੜੇ ਦੇ ਸਾਰੇ ਜ਼ਿਲ੍ਹਿਆਂ ਦੇ ਜਾਂ ਸ਼ਹਿਰਾਂ ਦੇ ਲੋਕ ਨੇ ਉਹ ਬਠਿੰਡੇ ਆ ਕੇ ਆਪਣਾ ਚੈੱਕਅਪ ਕਰਵਾਉਣ ਅਤੇ ਆਪਣਾ ਇਲਾਜ ਲੈਣ। ਜੀ ਸੋ ਦੋਸਤੋ, ਲਗਾਤਾਰ ਤੁਹਾਡੀ ਡਾਕਟਰ ਸਵਰਨਾ ਦੇ ਨਾਲ ਗੱਲਬਾਤ ਕਰਵਾ ਰਹੇ ਹਾਂ। ਸੋ ਮੇਰੇ ਨਾਲ ਡਾਕਟਰ ਰਾਹੁਲ ਮੌਜੂਦ ਹੋਣਗੇ, ਜਿਨ੍ਹਾਂ ਨੂੰ ਬੀਤੇ ਦਿਨੀ ਹਿਮਾਚਲ ਦੇ CM ਦੇ ਵੱਲੋਂ ਬੈਸਟ ਅਵਾਰਡ ਜਨਤਾ ਪਾਇਲ ਸਕਲੀਨ ਟ੍ਰੀਟਮੈਂਟ ਦਾ ਬੈਸਟ ਅਵਾਰਡ ਦੇ ਨਾਲ ਸਨਮਾਨਿਆ ਗਿਆ ਡਾਕਟਰ ਰਾਹੁਲ ਜੀ ਨੂੰ। ਸੋ ਬਿਲਕੁਲ ਦੋਸਤੋ, ਜਨਤਾ ਪਾਇਲਸ ਕਲੀਨਿਕ ਹੁਣ ਬਠਿੰਡਾ ਦੇ ਵਿੱਚ ਖੁੱਲ੍ਹ ਚੁੱਕਿਆ, ਜਿੱਥੇ ਸਿਰਫ 10 ਮਿੰਟਾਂ ਦੇ ਵਿੱਚ ਬਵਾਸੀਰ ਫਿਸ਼ਰ ਭਗੰਦਰ ਦਾ ਜਿਹੜਾ ਇਲਾਜ ਮਿਲੇਗਾ। ਸੋ ਡਾਕਟਰ, ਬਾਕੀ ਗੱਲਬਾਤ ਕਰਦੇ ਹਾਂ ਡਾਕਟਰ ਰਾਹੁਲ ਉਹਨਾਂ ਦੇ ਨਾਲ। ਸਰ, ਸਤਿ ਸ਼੍ਰੀ ਅਕਾਲ, ਠੀਕ ਹੋ ਜੀ? ਸਤਿ ਸ਼੍ਰੀ ਅਕਾਲ ਜੀ। ਸਰ, ਬੜੀ ਖੁਸ਼ਖਬਰੀ ਹੈ ਮੈਂ ਕਹਿੰਦਾ ਬਠਿੰਡਾ ਵਾਸੀਆਂ ਦੇ ਲਈ ਜਾਂ ਨੇੜੇ ਤੇੜੇ ਰਹਿਣ ਵਾਲਿਆਂ ਦੇ ਲਈ ਵੀ ਬਾਬਾ ਸੀਰ ਦਾ ਜਿਹੜਾ ਹੁਣ ਇਲਾਜ ਜਨਤਾ ਪਾਇਲਸ ਕਲੀਨਿਕ ਹੁਣ ਬਠਿੰਡਾ ਦੇ ਵਿੱਚ ਵੀ ਜਿਹੜਾ ਸੇਵਾਵਾਂ ਨਿਭਾਊਗਾ। ਦੇਖੋ ਜੀ, ਖੁਸ਼ੀ ਕੀ ਬਾਤ ਤਾਂ ਹੈ ਹੀ। ਅਬ ਜੈਸੇ ਕਿ ਪੇਸ਼ੈਂਟ ਦੂਰ ਸੇ ਆਤੇ ਥੇ, ਆਪ ਦੇਖ ਰਹੇ ਠੰਡ ਕਿਤਨੀ ਰਹਿਤੀ ਹੈ। ਬਿਲਕੁਲ ਸਰ। ਫਾਰਮਰ ਹੈ ਔਰ ਹਮਾਰੇ ਜੋ ਮਿਡਲ ਕਲਾਸ ਕੇ ਲੋਕ ਹੈ, ਕਿਉਂਕਿ ਜੋ ਆਪਣੇ ਜੋ ਪੈਸੇ ਵਾਲੇ ਹੈ ਉਹ ਤਾਂ ਗਾੜੀ ਸੇ ਵੀ ਆ ਸਕਤੇ ਹੈ, ਆਪਣੇ ਵਹੀਕਲ ਸੇ ਆ ਸਕਤੇ ਹੈ। ਜੋ ਗਰੀਬ ਤਤਕਾ ਆਦਮੀ ਹੈ ਉਨਕੋ ਕਮ ਸੇ ਕਮ ਟ੍ਰਾਂਸਪੋਰਟ ਕਾ ਖਰਚਾ 1500-2000 ਰੁਪਏ ਜਾਣੇ ਕੇ ਆਣੇ ਕੇ, ਉਸਕੇ ਬਾਅਦ ਕਿਆ ਹੈ ਸਮੇਂ 2-3 ਘੰਟੇ ਲੱਗ ਜਾਤੇ, 2-3 ਘੰਟਾ ਆਣੇ ਕੇ, ਫਿਰ ਵਹਾਂ ਪੇ ਪ੍ਰੋਸੀਜਰ ਮੇਂ ਟਾਈਮ ਲਗਤਾ ਥਾ ਹਮੇਂ, ਕਿਉਂਕਿ ਭੀੜ ਜ਼ਿਆਦਾ ਰਹਿਤੀ ਹੈ। ਉਸਕੋ ਦੇਖਤੇ ਹੋਏ ਹਮਨੇ ਜਨਤਾ ਪਾਇਲਸ ਕਲੀਨਿਕ ਕੀ ਸੇਵਾ ਜੋ ਹੈ ਬਠਿੰਡਾ ਮੇਂ ਸਟਾਰਟ ਕੀ ਹੈ। ਬਿਲਕੁਲ ਸਰ, ਜਿਵੇਂ ਤੁਸੀਂ ਕਿਹਾ ਨਾ ਵੀ ਗਰੀਬ ਲੋਕ ਆਉਂਦੇ ਸੀਗੇ, ਹੁਣ ਬੜੀਆਂ ਸੇਵਾਵਾਂ ਜਿਹੜੀਆਂ ਇੱਥੇ ਮਿਲ ਜਾਣਗੀਆਂ, ਕੋਈ ਵੀ ਦੂਰ ਜਾਣ ਦੀ ਅਤੇ ਟਾਈਮ ਆਪਣਾ ਜਿਹੜਾ ਖਰਾਬ ਕਰਨ ਦੀ ਲੋੜ ਕਿ ਜਾਣ ਦੀ ਕੋਈ ਜ਼ਰੂਰਤ ਨਹੀਂ ਹੈ। ਸਭ ਤੋਂ ਵੱਡੀ ਬਾਤ ਜੋ ਹੈ, ਹਮਾਰੇ ਪਾਸ ਜੋ ਟੈਕਨੋਲੋਜੀ ਹੈ ਉਹ ਹਮਾਰੇ ਲੁਧਿਆਣਾ ਔਰ ਅੰਮ੍ਰਿਤਸਰ ਮੇਂ ਥੀ, ਅਬ ਵਹੀ ਬੈਸਟ ਟੈਕਨੋਲੋਜੀ ਦੁਆਰਾ ਜੋ ਲੋਕੋ ਕਾ ਹਮਨੇ ਸੇਵਾ ਕੀ ਹੈ ਵਹੀ ਸੇਵਾ ਯਹਾਂ ਪੇ ਦੀ ਜਾਏਗੀ। ਔਰ ਸਭ ਤੋਂ ਪੇਨ ਲੈਸ ਟ੍ਰੀਟਮੈਂਟ ਹੋਗਾ, ਬਲੱਡ ਲੈਸ ਟ੍ਰੀਟਮੈਂਟ ਹੋਗਾ, ਕੋਈ ਚੀਰ ਫਾੜ, ਕੋਈ ਟਾਕਾ ਜਾਂ ਕੋਈ ਧਾਗੇ ਵਾਲਾ ਇਲਾਜ ਨਹੀਂ ਹੋਗਾ।
क्या मोस्टली देखते हैं बठिंडा में बड़े बड़े हॉस्पिटल हैं, बड़े बड़े क्लिनिक्स भी हैं, छोटे मोटे डॉक्टर भी हैं जो धागे का इलाज करते हैं, धागे से मस्तों को बांधते हैं, उसमें पेन रहता है, दर्द रहता है, घाव रहता है, दोबारा होने के चांसेस ज़्यादा भी रहते हैं, और उसमें कोई गारंटी नहीं होती। हम गारंटी हम आपको लिख के देंगे, मोड़ डाल के देंगे, दोबारा कोई प्रॉब्लम आएगी नहीं, कभी आएगी तो हम बिल्कुल फ्री ऑफ कॉस्ट ट्रीटमेंट देंगे। मतलब हम किसी भी बंगाली डॉक्टर को या धागे वाले डॉक्टर को, किसी भी देसी नुक्ते वाले को जाने की लोड़ नहीं, बिल्कुल भी नहीं है जी। हमारे यहाँ जो स्पेशल टेक्नोलॉजी की बात की जाए, हमारे यहाँ जर्मन टेक्नोलॉजी है, यूके की टेक्नोलॉजी है, फॉरेन कंट्री इटली की टेक्नोलॉजी है, पोलैंड की मशीन हमारे यहाँ, जो वेस्ट वेस्ट टेक्नोलॉजी है वो हमारे पास अवेलेबल है। कितने सोचते होंगे लोग भी यार नहीं जावांगे तो दर्द बड़ा हो, कितने ऑपरेशन ना कर दें, इतने बिल्कुल कोई ऑपरेशन नहीं किया जाऊगा ना बिना दर्द। जैसे हमारे पास पेशेंट आएगा, 10 मिनट ट्रीटमेंट में लगेंगे, 10 मिनट उसको हम रखते हैं अपने अंडर ऑब्जर्वेशन, उसके बाद छुट्टी हो जाएगी। और सबसे बड़ी बात है, एक हमारी टेक्नोलॉजी है ठंडी मशीन, क्रायोथेरेपी, और बहुत कम लोग करते हैं, मोस्टली हमारे जो स्पेशलाइज डॉक्टर हैं वही करते हैं। उसमें ठंडी मशीन द्वारा जो मस्सों को फ्रीज करते हैं, कोई काट पीट नहीं, और गैस होती है जिससे मस्सों को सुखा के हम खत्म कर देते हैं जी। जी मतलब बिना दर्द तो एको दिन दे आऊगा पेशेंट ठीक होके घर भी जा सकता। बिल्कुल बिल्कुल सर, ये संभव हुआ है जो हमने रिसर्च किया काफ़ी लंबे समय के रिसर्च होने के बाद। ये हम टेक्नोलॉजी बाहर से लाए हैं और ये वेस्ट टेक्नोलॉजी है इंडिया की। कोई दाखिल होने की भी लोड़ नहीं, बिल्कुल भी नहीं है जी। जहाँ दाखिल होता है वहाँ ऑपरेशन भी होता है, जाहिर सी बात है। जहाँ ऑपरेशन होगा वहाँ बिल भी लंबा चौड़ा होगा, काट पीट भी होगी, दर्द भी रहेगा, टाकी भी लगेंगी। हमारे ऐसा नहीं है, 10 से 15 मिनट का इलाज है, चाहे आप जर्मन टेक्नोलॉजी IRC से कराते हो या ठंडी मशीन से या लेजर ट्रीटमेंट। हमारे यहाँ जो लोग बार बार ऑपरेशन करा के थक चुके हैं, दवाइयाँ खा के थक चुके हैं, ऑनलाइन फ्रॉड हो चुका है जिनके साथ, ठीक है, वो आप हमारे हॉस्पिटल पर आइए, आपको बिना ऑपरेशन बिना चीरफाड़ के मात्र 10 से 15 मिनट में गारंटेड इलाज देंगे, वो भी मोड़ डाल के। बिल्कुल, मतलब गारंटी दा उम्र भर दी गारंटी, लाइफ टाइम गारंटी है जी हमारे यहाँ। कई बार ना किसी को पता नहीं लगता भी इन्हें बवासीर हो चुकी है, उन्होंने पता किमें लगू लक्षण ये किमें ने, किमें पता उन्होंने इस बारे जानकारी मिली। देखो जी, बवासीर के जो लक्षण होते हैं, गुदा में जलन रहना, दर्द रहना, खून आना, बार बार पस निकलना, बवासीर या बगंदर हो सकता है, खतरनाक हो सकती है बीमारी आगे चल के, क्योंकि पाइल्स जो है आगे चल के कैंसर में कन्वर्ट हो जाती है जी। मैं कहना जिहड़े इग्नोर कर रहे ने चीज़ नूं, उही बंगाली डॉक्टरां कोल जा जा, एक एक टाइम आउंदा जदों बिल्कुल इत्थे खतरनाक मोड़ते पहुँच जाते, फिर थोड़े कोल पहुँचते हैं। कई बार वही होता है, जैसे कुछ पेशेंट हमारे पास आए थे अभी बठिंडा से, उन्हें कहीं किसी हॉस्पिटल में धागा वागा बंधवाया था, मुझे ध्यान तो नहीं कहाँ बंधवाया था, उनको कम से कम 20 दिन हो गए थे। पेशेंट इतना परेशान था, रो रहा था, ब्लड आ रहा था, दर्द था, घाव हो गए थे, गरीब फैमिली से थे, 10-15 हज़ार रुपये वहाँ भी दिए, टेस्ट में भी लगे, उसके बाद कंडीशन ऐसे कैसे हमारे पास आए। फिर हमने उनका लेजर द्वारा इलाज किया 10 से 15 मिनट में, और पेशेंट काफ़ी दवाएँ दे रहे थे, है ना, हाथ जोड़ने लगे, मैं ये कोई बात नहीं, देखो ऊपर वाले का है जो भी कुछ है। फिर हमने उनको बिल्कुल फिट करके भेजा, आज के काफ़ी उनके बाद काफ़ी उन्होंने पिछले हमारे भेजे हैं, और ये हमारा एक्सपीरियंस है, अच्छा अनुभव है, इसलिए हम गारंटी लिख कर देते हैं। बिल्कुल घबराने की कोई ज़रूरत नहीं है। जो लेडीज़ डॉक्टर भी हमारे यहाँ हॉस्पिटल में हैं, हर एक किस्म के जो इंसान हैं, गरीब से गरीब तक का, मिडिल क्लास के, कोई भी हमारे हॉस्पिटल में आके अपना इलाज करा सकते हैं, कोई दिक्कत वाली बात नहीं है। मतलब बिल्कुल घबराने की लोड़ नहीं दोस्तों, सिर्फ 10 मिनटों के जनता पाइल्स क्लीनिक हूँ बठिंडा के सेवावान देगा, भावें बवासीर होवे, फिशर होवे, थां थां तो इलाज करा करा थक चुके हो, जां देसी नुक्ते अपना के, जां
ਕਿਸੇ ਧਾਗੇ ਵਾਲੇ ਜਾਂ ਬੰਗਾਲੀ ਬਾਬੇ ਦੇ ਕੋਲ ਤੁਸੀਂ ਫਸੇ ਹੋਏ ਹੋ, ਬਿਲਕੁਲ ਕਿਤੇ ਵੀ ਜਾਣ ਦੀ ਲੋੜ ਨਹੀਂ, ਕਿਉਂਕਿ ਇੱਕ ਅਜਿਹਾ ਖਤਰਨਾਕ ਮੋੜ ਬਣਦਾ ਜਿੱਥੇ ਤੁਸੀਂ ਬਾਬਾ ਸਿਰ ਦੀ ਸਮੱਸਿਆ ਦੇ ਵਿੱਚ ਉਲਝ ਜਾਂਦੇ ਹੋ ਅਤੇ ਪੈਸੇ ਵੀ ਖਰਾਬ ਕਰ ਚੁੱਕੇ ਨੇ। ਹੁਣ ਕਿਤੇ ਵੀ ਜਾਣ ਦੀ ਲੋੜ ਨਹੀਂ, ਘਬਰਾਉਣ ਦੀ ਲੋੜ ਨਹੀਂ, ਜਨਤਾ ਪੈਲਸ ਕਲੀਨਿਕ ਵਿੱਚ ਸਿਰਫ 10 ਮਿੰਟਾਂ ਦੇ ਵਿੱਚ ਠੰਡੀ ਮਸ਼ੀਨ ਦੇ ਨਾਲ ਬਿਨਾਂ ਦਰਦ ਤੋਂ, ਬਿਨਾਂ ਕਿਸੇ ਓਪਰੇਸ਼ਨ, ਬਿਨਾਂ ਕਿਸੇ ਚੀਰ ਫੜ ਤੋਂ ਇਲਾਜ ਮਿਲੂਗਾ। ਨੰਬਰ ਸਕਰੀਨ ਉੱਪਰ ਦਿੱਤੇ ਹੋਏ ਨੇ, ਵੀਡੀਓ ਨੂੰ ਸ਼ੇਅਰ ਕਰਕੇ ਜ਼ਰੂਰ ਪਹੁੰਚਿਓ। ਬਠਿੰਡਾ ਦੇ ਵਿੱਚ 150 ਰੋਡ ਪੁੱਡਾ ਕੰਪਲੈਕਸ ਦੇ ਵਿੱਚ ਪੈਟਰੋਲ ਪੰਪ ਦੇ ਬਿਲਕੁਲ ਸਾਹਮਣੇ ਜਨਤਾ ਪੈਲਸ ਕਲੀਨਿਕ, ਜਿੱਥੇ 10 ਮਿੰਟਾਂ ਦੇ ਵਿੱਚ ਇਲਾਜ ਕਰਵਾ ਕੇ ਤੁਸੀਂ ਇਕੱਲੇ ਆਓ ਅਤੇ ਇਕੱਲੇ ਹੀ ਜਾ ਸਕਦੇ ਹੋ। ਵੀਡੀਓ ਨੂੰ ਸ਼ੇਅਰ ਕਰ ਦਿਓ, ਜੁੜੇ ਰਹੋ ਲਾ ਪੰਜਾਬ ਚੈਨਲ ਦੇ ਨਾਲ, ਕੈਮਰਾ ਪਰਸਨ ਪ੍ਰਿੰਸ ਦੇ ਨਾਲ। ਧੰਨਵਾਦ। ਸੋ ਬਿਲਕੁਲ ਦੋਸਤੋ, ਜਨਤਾ ਪਾਇਲਸ ਕਲੀਨਿਕ ਬਠਿੰਡਾ ਦੇ ਵਿੱਚ ਲਗਾਤਾਰ ਗੱਲਬਾਤ ਕਰਵਾ ਰਹੇ ਹਾਂ। ਸੋ ਸਾਡੇ ਨਾਲ ਸ਼ਿਵ ਕੁਮਾਰ ਜੀ ਮੌਜੂਦ ਹੋਣਗੇ, ਜੋ ਜਨਤਾ ਪਾਇਲਸ ਕਲੀਨਿਕ ਦੇ ਵਿੱਚ ਲਗਾਤਾਰ ਡਾਕਟਰ ਰਾਹੁਲ ਉਹਨਾਂ ਦੇ ਨਾਲ ਸੇਵਾਵਾਂ ਨਿਭਾ ਰਹੇ ਨੇ। ਗੱਲਬਾਤ ਕਰਦੇ ਹਾਂ ਵੀ ਬਵਾਸੀਰ ਫਿਸ਼ਰ ਭਗੰਦਰ ਦੇ ਵਿੱਚ ਕਿਸ ਤਰ੍ਹਾਂ ਦਾ ਪਰਹੇਜ਼ ਖਾਣ ਪੀਣ ਦਾ ਜਾਂ ਹੋਰ ਕਿਹੜੀਆਂ ਖਾਸ ਗੱਲਾਂ ਦਾ ਧਿਆਨ ਰੱਖਣਾ ਪੈਂਦਾ, ਗੱਲਬਾਤ ਕਰਦੇ ਹਾਂ ਸ਼ਿਵ ਕੁਮਾਰ ਜੀ ਨਾਲ। ਸਰ, ਸਤਿ ਸ਼੍ਰੀ ਅਕਾਲ। ਠੀਕ ਹੋ ਜੀ? ਸਤਿ ਸ਼੍ਰੀ ਅਕਾਲ ਜੀ। ਸਰ, ਕਿਸ ਤਰ੍ਹਾਂ ਦਾ ਧਿਆਨ ਜਿਹੜਾ ਫਿਰ ਬਵਾਸੀਰ ਫਿਸ਼ਰ ਭਗੰਦਰ ਦੇ ਵਿੱਚ ਖਾਣ ਪੀਣ ਦਾ ਰੱਖਣਾ ਚਾਹੀਦਾ? ਇਸਮੇ ਪਹਿਲੇ ਤੋਂ ਮੈਂ ਆਪਕੋ ਬਤਾਤਾ ਹੂੰ ਪਰਹੇਜ਼, ਜੋ ਪਰਹੇਜ਼ ਹੈ ਉਹ ਇਸਮੇ ਮੀਟ, ਅੰਡਾ, ਮੱਛੀ, ਤਲੀ ਹੋਈ ਚੀਜ਼ੇ, ਬਾਦੀ ਕੀ ਚੀਜ਼ੇ ਜੈਸੇ ਆਲੂ ਗੋਭੀ, ਬੈਂਗਨ, ਕੇਲਾ, ਚਾਵਲ, ਲਾਲ ਮਿਰਚ ਵਗੈਰਾ, ਇਨ ਚੀਜ਼ੋਂ ਕਾ ਪਰਹੇਜ਼ ਕਰਨਾ ਚਾਹੀਏ। ਖਾਣੇ ਕੇ ਲੀਏ ਮੂੰਗ ਕੀ ਦਾਲ ਹੈ, ਚਨੇ ਕੀ ਦਾਲ ਹੈ, ਘੀਆ, ਤੋਰੀ, ਟਿੰਡਾ, ਹਰੀ ਸਬਜ਼ੀਆਂ, ਸਲਾਦ, ਫਲੋਂ ਕਾ ਰਸ ਔਰ ਅਧਿਕ ਮਾਤਰਾ ਮੇਂ ਪਾਣੀ, ਇਨ ਚੀਜ਼ੋਂ ਕਾ ਸੇਵਨ ਕਰਨਾ ਚਾਹੀਏ। ਅਗਰ ਆਪ ਚਾਹਤੇ ਹੈ ਕਿ ਮੈਂ ਲੰਬੇ ਸਮੇਂ ਤੱਕ ਠੀਕ ਰਹੂੰ ਤੋ ਇਨ ਚੀਜ਼ੋਂ ਕਾ ਪਰਹੇਜ਼ ਕਰੇਂ, ਜੋ ਨਹੀਂ ਖਾਣੀ ਚਾਹੀਏ ਹਮੇਂ, ਔਰ ਜੋ ਚੀਜ਼ੇ ਖਾਣੀ ਚਾਹੀਏ ਉਹ ਮੈਂ ਆਪਕੋ ਬਤਾ ਰਹਾ ਹੂੰ। ਜੈਸੇ ਹਰੀ ਚੀਜ਼ੇ ਹੈ, ਸਲਾਦ ਹੈ ਔਰ ਆਪਣਾ ਦਲੀਆ, ਖਿਚੜੀ, ਇਨ ਚੀਜ਼ੋਂ ਕਾ ਜ਼ਿਆਦਾ ਸੇਵਨ ਕਰਨਾ ਚਾਹੀਏ। ਸ਼ਾਮ ਕੋ ਲਾਈਟ ਚੀਜ਼ੇ ਲੈਣੀ ਚਾਹੀਏ, ਖਿਚੜੀ, ਦਲੀਆ ਵਗੈਰਾ, ਜ਼ਿਆਦਾ ਹੈਵੀ ਭੋਜਨ ਨਾ ਕਰੇਂ, ਜਿਤਨਾ ਹੋ ਸਕੇ ਲਾਈਟ ਭੋਜਨ ਕਰੇਂ, ਇਸ ਚੀਜ਼ ਸੇ ਤੋ ਆਪ ਬੈਸਟ ਰਹੇਗੇ। ਸਰ, ਜੇਕਰ ਜਿਵੇਂ ਕੋਈ ਖਾ ਲੈਂਦਾ ਮੀਟ, ਮੱਛੀ ਜਾਂ ਕੁਛ ਵੀ ਫਾਸਟ ਫੂਡ ਵਗੈਰਾ ਖਾਂਦਾ, ਕਿੰਨਾ ਕੁ ਨੁਕਸਾਨ ਹੁੰਦਾ ਕੋਈ ਉਹ ਵੀ ਦੱਸ ਦਿਓ। ਇਸੇ ਖਾਣੇ ਸੇ ਕਿਆ ਹੈ ਕਿ ਹਮਾਰੇ ਜਬ ਹਮ ਇਹ ਚੀਜ਼ੇ ਖਾ ਲੈਤੇ ਹੈ ਜੈਸੇ ਮੀਟ, ਅੰਡਾ, ਮੱਛੀ ਵਗੈਰਾ, ਤੋ ਹਮਾਰੀ ਜੋ ਹਮ ਇਸਕੋ ਸ਼ਾਮ ਕੋ ਪਚਾ ਨਹੀਂ ਪਾਤੇ ਹੈ, ਜਿਸਕੇ ਕਾਰਨ ਹਮੇਂ ਸੁਬਹ ਦਿੱਕਤ ਹੋਤੀ ਹੈ, ਤੋ ਇਸਸੇ ਬਚਣਾ ਹੈ ਤੋ ਹਰੀ ਚੀਜ਼ੇ, ਸਬਜ਼ੀਆਂ, ਸਲਾਦ, ਫਲੋਂ ਕਾ ਰਸ, ਇਨ ਚੀਜ਼ੋਂ ਕਾ ਸੇਵਨ ਕਰਨਾ ਚਾਹੀਏ। ਜ਼ਿਆਦਾਤਰ ਹਰੀ ਚੀਜ਼ਾਂ ਜਿਹੜੀਆਂ ਹਰੀਆਂ ਸਬਜ਼ੀਆਂ ਜਾਂ ਜੂਸ ਵਗੈਰਾ ਹੀ ਪੀਤਾ ਜਾਵੇ। ਜੀ 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 ਜੀ। ਇਸ ਤੋਂ ਇਲਾਵਾ ਹੋਰ ਕਿਹੜਾ ਧਿਆਨ ਜਿਹੜਾ ਖਾਸ ਰੱਖਣਾ ਚਾਹੀਦਾ? ਆਪਣਾ ਘੁੰਮੇ ਫਿਰੇ, ਟਾਈਮ ਸੇ ਆਪਣਾ ਭੋਜਨ ਲੇ, ਦਿਨਚਰਿਆ ਆਪਣੀ ਅੱਛੀ ਰੱਖੇ, ਤੋ ਇਨ ਚੀਜ਼ੋਂ ਸੇ ਆਪ ਬਵਾਸੀਰ ਸੇ ਬਚੇ ਰਹੇਗੇ, ਵਰਨਾ ਆਪ ਇਸ ਚੀਜ਼ ਕੋ ਝੇਲੇਂਗੇ। ਜੀ, ਧੰਨਵਾਦ ਸਰ ਗੱਲਬਾਤ ਕਰਨ ਦੇ ਲਈ। ਸੋ ਬਿਲਕੁਲ ਦੋਸਤੋ, ਵੀਡੀਓ ਨੂੰ ਸ਼ੇਅਰ ਕਰ ਦਿਓ, ਜੁੜੇ ਰਹੋ ਪੰਜਾਬ ਚੈਨਲ ਦੇ ਨਾਲ, ਕੈਮਰਾ ਪਰਸਨ ਪ੍ਰਿੰਸ ਦੇ ਨਾਲ। ਧੰਨਵਾਦ।